ਸੋਰੀ, ਵੈਲਕਮ ਟੂ ਮਾਈ ਯੂਟਿਊਬ ਚੈਨਲ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਅਤੇ ਅੱਜ ਨਿਕਲੇ ਸੀ ਪਹਾੜਾਂ ਦੀ ਸੈਰ ਵਾਸਤੇ। ਤੁਸੀਂ ਦੇਖੋ ਮੌਸਮ ਇੱਕ ਨੰਬਰ ਹੋਇਆ ਵਾ ਯਾਰ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਬਰਸਾਤ ਨਾ, ਜਿਹੜੀ ਬਰਸਾਤ ਹੁੰਦੀ ਹੈ ਹਰੇਕ ਚੀਜ਼ ਚੇਂਜ ਕਰ ਦਿੰਦੀ ਹੈ। ਐਟਮੋਸਫੀਅਰ ਕਿਆ, ਗ੍ਰੀਨਰੀ ਇੰਨੀ ਜ਼ਬਰਦਸਤ ਹੈ, ਦੇਖੋ ਤੁਸੀਂ ਕਿਆ ਬਾਤ ਹੈ, ਗ੍ਰੀਨਰੀ ਹੋਏ ਹੋਏ। ਆ ਪੱਧਰ ਤਾਂ ਉੱਪਰੇ ਪਏ ਹਾਂ, ਤੁਹਾਨੂੰ ਪਹਿਲਾਂ ਦਿਖਾਏ ਮੈਂ, ਦੇਖੋ ਵੀਡੀਓ ਵਿੱਚ ਪੱਧਰ ਦੇਖੋ ਤੁਸੀਂ। ਇੱਧਰ ਸੂਰਜ ਵੀ ਆਪਣਾ ਵੇਰ ਵੀ ਵਿਚਾਰਾ ਮਾੜਾ ਮੋਟਾ ਠਾਠਾ ਮਾਰ ਰਿਹਾ, ਦੇਖੋ ਬੱਦਲਾਂ ਦੇ ਵਿੱਚ ਹੈ ਅਤੇ ਨਜ਼ਾਰਾ ਆ ਗਿਆ। ਅੱਖਾਂ ਨੂੰ ਬੜਾ ਸਕੂਨ ਮਿਲਦਾ ਯਾਰ ਇਹ ਗ੍ਰੀਨਰੀ ਦੇਖ ਕੇ, ਔਰ ਇਹ ਦੇਖੋ ਬੱਦਲ ਦੇਖੋ ਤੁਸੀਂ, ਬਹੁਤ ਮਜ਼ਾ ਆਉਂਦਾ। ਅੱਜ ਤੁਹਾਨੂੰ ਅੱਗੇ ਤੱਕ ਘੁਮਾ ਕੇ ਲਿਆਵਾਂਗੇ, ਚਾਹ ਪਾਣੀ ਪੀਂਦੇ ਹਾਂ ਯਾਰ, ਰੁਕਾਂਗੇ, ਤੁਹਾਨੂੰ ਉੱਥੇ ਦੇ ਵੀ ਨਜ਼ਾਰੇ ਦਵਾਉਂਦੇ ਹਾਂ। ਚਲੋ ਬਈ, ਜਦੋਂ ਬਰਸਾਤ ਹੁੰਦੀ ਹੈ ਨਾ, ਬਰਸਾਤਾਂ ਦੇ ਟਾਈਮ 'ਤੇ ਸਭ ਤੋਂ ਜ਼ਿਆਦਾ ਜਿਹੜੀ ਗ੍ਰੀਨਰੀ ਹੈ ਉਹ ਪਹਾੜਾਂ ਵਿੱਚ ਬਣਦੀ ਹੈ। ਦੇਖੋ ਤੁਸੀਂ ਕਿਆ ਜ਼ਬਰਦਸਤ ਗ੍ਰੀਨਰੀ ਹੈ ਯਾਰ। ਬਈ ਦੇਖੋ ਤੁਸੀਂ ਆਲਾ ਦੁਆਲਾ ਕਿਆ ਜ਼ਬਰਦਸਤ ਗ੍ਰੀਨਰੀ ਹੈ ਯਾਰ। ਅਤੇ ਆਪਾਂ ਆਪਣੀ ਗੱਡੀ ਲੈ ਕੇ ਆਏ ਸੀਗੇ, ਗੱਡੀ ਆਪਣੀ ਬੰਬ ਹੈ, ਆਪਾਂ ਵੀ ਪਹਾੜਾਂ ਦੀ ਰਾਣੀ ਬਣਾਈ ਹੋਈ ਆ, ਜਦ ਦਿਲ ਕਰਦਾ ਤੁਰ ਪੈਂਦੇ ਆਪਾਂ, ਬਸ ਕਿਸੇ ਨੂੰ ਪੁੱਛਣਾ ਨਹੀਂ ਗਿਣਨਾ ਨਹੀਂ। ਦੇਖੋ ਤੁਸੀਂ ਗ੍ਰੀਨਰੀ ਦੇਖੋ ਤੁਸੀਂ ਰੋਡਾਂ 'ਤੇ, ਓਏ ਹੋਏ ਕਿਆ ਜ਼ਬਰਦਸਤ ਹੈ। ਚਾਹ ਪੀਤੀ ਸੀ ਢਾਬੇ 'ਤੇ ਬੈਠ ਕੇ, ਚਾਹ ਬਣਾਈ ਇੱਕ ਨੰਬਰ ਬੰਦੇ ਨੇ, ਇੱਕ ਖਾਧਾ ਪਰੌਂਠਾ, ਦੇਖੋ ਤੁਸੀਂ ਅਜੇ ਆਪਾਂ ਹੋਰ ਅੱਗੇ ਜਾਣਾ ਹੈ, ਤੁਹਾਨੂੰ ਹੋਰ ਅੱਗੇ ਨਜ਼ਾਰੇ ਵਾਦੀਆਂ ਦੇ ਦਵਾ ਕੇ ਲਿਆਉਣੇ ਆ, ਚਲੋ ਚੱਲੀ ਆ ਜਾਓ। ਬਈ ਬਰਸਾਤਾਂ ਦਾ ਨਾ ਸਭ ਤੋਂ ਜਿਹੜਾ ਜ਼ਿਆਦਾ ਇਫੈਕਟ ਪੈਂਦਾ ਨਦੀਆਂ ਨੂੰ, ਨਦੀਆਂ ਵਿੱਚ ਇੰਨਾ ਪਾਣੀ ਆ ਜਾਂਦਾ ਨਾ, ਤੁਸੀਂ ਦੇਖੋ ਇਹ ਸਾਹਮਣੇ ਡੈਮ ਹੈ ਔਰ ਪਾਣੀ ਦੇਖੋ ਤੁਸੀਂ, ਗੂੰਜ ਪਾਣੀ ਦੀ ਦੇਖੋ। ਬਈ ਕਿਆ ਲੋਕੇਸ਼ਨ ਬਣ ਰਹੀ ਹੈ ਇੱਕ ਨੰਬਰ। ਅਤੇ ਦੇਖੋ ਤੁਸੀਂ ਇੱਥੇ ਨਾ ਮੀਟਰਾਂ ਲੱਗੇ ਹੋਏ, ਜਿੱਥੇ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਪਾਣੀ ਕਿੰਨਾ ਹੈ, ਦੇਖੋ ਤੁਸੀਂ ਇਹ ਦੇਖੋ ਕਿੱਥੇ ਤੱਕ ਚੜ ਗਿਆ।
ਹਲੇ ਤਾਂ ਇਹਦੇ ਪਿੱਛੇ ਡੈਮ ਹੈ, ਡੈਮ 'ਤੇ ਪਾਣੀ ਰੋਕਿਆ ਹੋਇਆ ਅਤੇ ਪਾਣੀ ਤੁਸੀਂ ਦੇਖੋ ਅਗਰ ਡੈਮ ਖੋਲ੍ਹ ਦਿੱਤੇ ਜਾਣ ਨਾ ਫਿਰ ਇਹ ਇੱਥੇ ਤੱਕ ਆ ਜਾਂਦਾ ਪਾਣੀ ਉੱਪਰ ਤੱਕ ਇੱਥੇ ਤੱਕ। ਇਹ ਦੇਖੋ ਤੁਸੀਂ ਹੁਣ ਕਿੰਨਾ ਫਰਕ ਹੈ। ਬਈ ਇਹ ਦੇਖੋ ਹੁਣ ਆਪਾਂ ਜਿੱਥੇ ਐਂਟਰੀ ਕੀਤੀ ਨਾ ਰਿਜ਼ਰਵ ਫੋਰੈਸਟ ਏਰੀਆ, ਇਹ ਸਾਰਾ ਪੂਰਾ ਜੰਗਲ ਹੈ ਦੇਖੋ ਤੁਸੀਂ, ਇਹ ਪੂਰਾ ਜੰਗਲ ਹੈ, ਇਹ ਸਾਰਾ ਰਿਜ਼ਰਵ ਹੈ। ਇੱਥੇ ਕੋਈ ਦਰਖਤ ਨਹੀਂ ਵੱਢ ਸਕਦਾ, ਕੋਈ ਕੁਛ ਨਹੀਂ ਕਰ ਸਕਦਾ ਉਰੇ, ਨਾ ਇੱਥੇ ਖੇਤੀ ਹੁੰਦੀ ਹੈ, ਇਹ ਸਿਰਫ ਸਾਰਾ ਇਹ ਜੰਗਲੀ ਜਾਨਵਰਾਂ ਵਾਸਤੇ। ਵਿੱਚ ਇੱਕ ਰੋਡ ਕੱਢੀ ਹੋਈ ਹੈ ਬਸ, ਇਹ ਯਮੁਨਾਨਗਰ ਰੋਡ ਹੈ ਬੇਸਿਕਲੀ ਦੇਖੋ ਤੁਸੀਂ। ਬਾਈ ਦੇਖੋ ਰਿਸਕ ਲੈ ਕੇ ਰੁਕੇ ਸੀਗੇ, ਘਣਘੋਰ ਜੰਗਲ ਹੈ, ਬਹੁਤ ਘਣਘੋਰ ਜੰਗਲ ਦੇਖੋ ਤੁਸੀਂ। ਦੂਰ ਦੂਰ ਤੱਕ ਕੁਛ ਨਹੀਂ ਹੈ, ਸਿਰਫ ਗੱਡੀਆਂ ਦਿਖਦੀਆਂ, ਦੇਖ ਲਓ ਜੰਗਲੀ ਜੰਗਲ ਪਿਆ ਇੱਥੇ, ਕੋਈ ਵੀ ਸ਼ੇਰ ਚੀਤਾ ਬਾਹ ਕੁਛ ਵੀ ਹੋ ਸਕਦਾ ਉਰੇ ਦੇਖੋ ਸਹੀ ਤੁਸੀਂ। ਹੋਏ ਹੋਏ ਹੋਏ, ਇੱਕ ਬਹੁਤ ਪਿਆਰੀ ਚੀਜ਼ ਆ ਤੁਹਾਨੂੰ ਦਿਖਾ ਕੇ ਲਿਆਉਂਦਾ ਮੈਂ, ਦੋ ਮਿੰਟ ਰੁਕੋ। ਜੰਗਲ ਦੇ ਅੰਦਰ ਆ ਰਿਹਾ ਦੇਖੋ ਪੂਰਾ ਇਹ, ਹੁਣ ਇਹ ਪਤਾ ਨਹੀਂ ਇਹਨੂੰ ਕਿਆ ਕਹਿੰਦੇ, ਕਮੈਂਟ ਕਰਕੇ ਦੱਸਿਓ ਕਿਆ ਘੈਂਟ ਚੀਜ਼ ਬਣੀ ਹੋਈ ਆ ਦੇਖੋ। ਇਹ ਪੂਰਾ ਜੰਗਲ ਇਸ ਟਾਈਮ, ਪੂਰੇ ਜੰਗਲ ਦੇ ਵਿੱਚ ਆ ਮੈਂ ਇਸ ਟਾਈਮ, ਪੂਰੇ ਜੰਗਲ ਇਹ ਦੇਖੋ, ਪੂਰਾ ਜੰਗਲ ਹੈ ਪਿੱਛੇ ਮੇਰੇ, ਮੈਨੂੰ ਡਰ ਵੀ ਲੱਗ ਰਿਹਾ ਥੋੜ੍ਹਾ ਥੋੜ੍ਹਾ। ਇਹ ਦੇਖੋ ਕਿਆ ਜ਼ਬਰਦਸਤ ਚੀਜ਼ ਬਣਾਈ ਹੋਈ ਹੈ, ਦੇਖੋ ਜੰਗਲ ਤੁਸੀਂ, ਦੂਰ ਦੂਰ ਤੱਕ ਕੁਛ ਨਹੀਂ ਦਿਖ ਰਿਹਾ, ਸਾਰਾ ਜੰਗਲ ਹੈ ਬਾਈ। ਇਹ ਜੰਗਲ ਦੇ ਵਿੱਚ ਨਾ ਇੱਕ ਕਾਲਸਰ ਨੈਸ਼ਨਲ ਪਾਰਕ ਹੈ ਯਮੁਨਾਨਗਰ ਆ ਦੇਖੋ ਤੁਸੀਂ, ਕਿਆ ਜ਼ਬਰਦਸਤ ਹੈ ਯਾਰ ਗੇਟ ਦੇਖੋ। ਇਹ ਨੈਸ਼ਨਲ ਪਾਰਕ ਹੈ, ਇੱਥੇ ਮਤਲਬ ਗੱਡੀ ਲੈ ਕੇ ਜਾਣਾ ਅਲਾਊਡ ਹੈ, ਪਰਮਿਸ਼ਨ ਲੈਣੀ ਪੈਂਦੀ ਹੈ। ਹੁਣ ਇੱਥੇ ਹੈ ਨਹੀਂ ਕੋਈ, ਇਹ ਰਿਹਾ ਕਾਲਸਰ ਰਾਸ਼ਟਰੀ ਉਦਾਨ ਬਾਈ, ਕਿਆ ਜ਼ਬਰਦਸਤ ਗ੍ਰੀਨਰੀ ਹੋਈ ਵੇ ਦੇਖੋ। ਅਤੇ ਇੱਧਰ ਦੇਖੋ ਤੁਸੀਂ ਆਲੇ ਦੁਆਲੇ, ਇਹ ਜੰਗਲ ਦੀ ਬਿਊਟੀ ਆ ਸਾਰੀ, ਜਿਹੜੀ ਅੱਜ ਕੱਲ੍ਹ ਆਪਾਂ ਸ਼ਹਿਰਾਂ 'ਚ ਖਤਮ ਕਰਤੀ ਹੈ। ਅਤੇ ਇੱਧਰ ਦੇਖੋ ਤੁਸੀਂ ਸਾਡਾ ਭਗਤ, ਇਹ ਭਗਤ ਜੀ ਬੈਠੇ ਹੈ ਅਤੇ ਇਹ ਗੁੱਸਾ ਵੀ ਖਾ ਜਾਂਦੇ ਆ ਜੀ। ਜਿਵੇਂ ਕਿ ਮੈਂ ਤੁਹਾਨੂੰ ਪਹਾੜਾਂ ਦੀ ਸੈਰ ਕਰਾਉਣ ਵਾਸਤੇ ਲਿਆਏ ਸੀਗੇ ਕਿਉਂਕਿ ਬਰਸਾਤੀ ਮੌਸਮ ਸੀ, ਅਤੇ ਬਹੁਤ ਵਧੀਆ ਰਿਹਾ ਆਪਣਾ ਟੂਰ। ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਜਿਵੇਂ ਤੁਹਾਨੂੰ ਕਾਲੇਸਰ ਨੈਸ਼ਨਲ ਪਾਰਕ ਵੀ ਦਿਖਾਇਆ ਸੀਗਾ, ਅਤੇ ਆਪਾਂ ਬਹੁਤ ਜਲਦੀ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ। ਜਦ ਤੱਕ ਲਈ ਇਜਾਜ਼ਤ ਦਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਜਦ ਤੱਕ ਲਈ ਰੱਬ ਰੱਖਾ।